ਤੁਸੀਂ ਫਿਲਮ ਨਾਇਕ ਵਿੱਚ ਇੱਕ ਦਿਨ ਦਾ ਸੀਐਮ ਦੇਖਿਆ ਹੋਵੇਗਾ। ਫਿਲਮ ਵਿੱਚ ਜੋ ਦਿਖਾਇਆ ਗਿਆ ਅਸਲ ਜ਼ਿੰਦਗੀ ਵਿੱਚ ਅਜਿਹਾ ਹੋ ਪਾਉਣਾ ਸੰਭਵ ਨਜ਼ਰ ਨਹੀਂ ਆਉਂਦਾ, ਪਰ ਹਿਸਾਰ ਵਿੱਚ ਕੁਝ ਹੱਦ ਤੱਕ ਅਜਿਹਾ ਹੁੰਦਾ ਨਜ਼ਰ ਆਇਆ। ਹਿਸਾਰ ਦੇ ਧਾਂਸੂ ਪਿੰਡ ਦੀ ਇੱਕ ਧੀ ਨੂੰ ਸੀਐਮ ਤਾਂ ਨਹੀਂ ਪਰ ਇੱਕ ਦਿਨ ਦੀ ਸਰਪੰਚ ਜ਼ਰੂਰ ਬਣਾਇਆ ਗਿਆ। 15 ਅਗਸਤ ਦਾ ਦਿਨ ਵੈਸੇ ਤਾਂ ਪੂਰੇ ਦੇਸ਼ ਦੇ ਲਈ ਖਾਸ ਹੁੰਦਾ, ਪਰ ਹਿਸਾਰ ਦੇ ਧਾਂਸੂ ਪਿੰਡ ਦੇ ਲਈ ਇਹ ਦਿਨ ਖਾਸਮ ਖਾਸ ਰਿਹਾ। ਅਜਿਹਾ ਇਸ ਲਈ ਕਿਉਂਕਿ ਇਸ ਦਿਨ ਪਿੰਡ ਨੂੰ ਇੱਕ ਦਿਨ ਦੀ ਸਰਪੰਚ ਮਿਲੀ। ਦਰਅਸਲ 12ਵੀਂ ਕਲਾਸ ਵਿੱਚ ਸਭ ਤੋਂ ਜ਼ਿਆਦਾ ਨੰਬਰ ਲੈ ਕੇ ਪਾਸ ਹੋਣ ਵਾਲੀ ਪਿੰਡ ਦੀ ਕੁੜੀ ਨੂੰ ਪਿੰਡ ਦੀ ਇੱਕ ਦਿਨ ਦੀ ਸਰਪੰਚ ਬਣਾਇਆ ਗਿਆ, ਜਿਸ ਨਾਲ ਸੁਸ਼ੀਲਾ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੀ ਹੈ। जैसा कि हर वक्त के साथ हर चीज बदलती है, वह उसके मायने भी बदलते हैं। उसी कड़ी में मेरे गांव की ग्राम पंचायत ने मुझे एक दिन की सरपंच बनने का इतना सौभाग्यशाली मौका दिया है, उसके लिए मैं ग्राम पंचायत की शुक्रगुजार हूं। तांसू पिंड के सरपंच मनोहर लाल ने दसिया कि इसके पीछे उन्हों का मकसद बेटियों को सम्मान ते बढ़ावा देना है। विचार आया कभी लड़कियों को और आगे बढ़ाने के लिए हमने क्या कदम उठाना चाहिए, इसलिए कोई ऐसा कोई चमत्कार दिखाएं ताकि उस लड़की के भी दिमाग में हमेशा रहे और उसका अनुसरण भी और लड़कियां करें। लड़कियों को अगर आप बढ़ावा देंगे तो वो दो घरों को संभालेगी। पिंड दी एक दिन दी सरपंच बनना सुशीला दे लई गैर रस्मी जरूर सी, पर ये महज गैर रस्मी नहीं सी। एक दिन दी सरपंच ने पंचायत नू ਪਿੰਡ ਦੀਆਂ ਕਈ ਅਹਿਮ ਮੰਗਾਂ ਚੁੱਕਣ ਲਈ ਗਿਆ। ਮੇਰੀ ਮੰਗ ਇਹੀ ਰਹੀ ਹੈ ਕਿ ਫਸਟ ਮੰਗ ਹੈ, ਮੈਂ ਹਰਿਆਣਾ ਸਰਕਾਰ ਸੇ ਯਹ ਗੁਜ਼ਾਰਿਸ਼ ਕਰਤੀ ਹੂੰ ਕਿ ਵੇ ਹਮਾਰੇ ਗਾਂਵ ਕੇ ਰਾਜਕੀਯ ਵਰਿਸ਼ਟ ਮਾਧਿਅਮਿਕ ਵਿਦਿਆਲਿਆ ਮੇ ਜੋ ਕਮਰੇ ਤੋੜੇ ਗਏ ਥੇ ਉਨਕੋ ਦੁਬਾਰਾ ਸੇ ਬਨਵਾਏ। ਔਰ ਦੂਸਰੀ ਮੰਗ ਇਹੀ ਹੈ ਕਿ ਵਿਦਿਆਲਿਆ ਮੇ ਸੀਸੀਟੀਵੀ ਕੈਮਰਾਜ਼ ਔਰ ਸੌਰ ਊਰਜਾ ਕਾ ਪ੍ਰਬੰਧ ਕਰੇ। ਸੁਸ਼ੀਲਾ ਅਤੇ ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਇੱਕ ਧੀ ਨੂੰ ਇਸ ਤਰੀਕੇ ਦੇ ਨਾਲ ਸਨਮਾਨ ਦੇਣਾ ਸਰਪੰਚ ਦੀ ਚੰਗੀ ਪਹਿਲ ਹੈ। ਯਹੀ ਹੈ ਜੀ ਕਿ ਹਮਾਰੇ ਮਨੋਹਰ ਲਾਲ ਸਰਪੰਚ ਜੀ ਨੇ ਬਹੁਤ ਹੀ ਅੱਛੀ ਪਹਿਲ ਕਰੀ ਹੈ, ਬੱਚੋਂ ਕੇ ਬਾਰੇ ਮੇਂ, ਲੜਕੇ ਕੇ ਬਾਰੇ ਮੇਂ, ਜੋ ਵੀ ਪੜੇ ਅੱਛਾ ਆਪਣਾ ਮਾਨ ਸਮਾਨ ਪਾਏ। ਹਮ ਨੂੰ ਚਾਹਤੇ ਹੈ ਭਈ ਹਮਾਰੀ ਲੜਕੀ ਬਣੀ ਯਾਨੀ ਸਰਪੰਚ, ਵਹੀ ਇਸਲੀਏ ਔਰ ਅੱਗੇ ਬਢਣੇ ਚਾਹੀਏ। और लड़की भी सरपंच बनाना लड़की को बहुत अच्छी बात है। और ये जो मोदी ने सरकार ने वो चलाई है योजना कि बेटी बचाओ और बेटी पढ़ाओ, तो उसके तहत ये अच्छा है कि एक दिन के लिए सरपंच बनाए और इससे लड़कियों को मोटिवेशन मिलेगा कि माँ बाप भी उनको आगे पढ़ाएंगे। एक दिन की सरपंच बना दी थी, वो बहुत ही बढ़िया काम करे। हमारा सरपंच भी बहुत बढ़िया काम, आगे बढ़ाओ भी दिया ठाबरा ने छोरिया ने, छोरिया ने तो पढ़ा ला रहे हमें सारा ही, कमी तो रखा गो ने फिर भी ला और भी बढ़िया कतर की है। मान ले ਸਰਕਾਰ ਵੱਲੋਂ ਹੁਕਮ ਦਿੱਤੇ ਗਏ ਨੇ ਕਿ 26 ਜਨਵਰੀ ਅਤੇ 15 ਅਗਸਤ ਵਰਗੇ ਮੌਕਿਆਂ ਤੇ ਪਿੰਡ ਦੀਆਂ ਪੜ੍ਹੀਆਂ ਲਿਖੀਆਂ ਬੇਟੀਆਂ ਤੋਂ ਤਿਰੰਗਾ ਲਹਿਰਾਇਆ ਜਾਵੇ। ਸੁਸ਼ੀਲਾ ਨੇ ਵੀ 15 ਅਗਸਤ ਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਤਿਰੰਗਾ ਲਹਿਰਾਇਆ, ਪਰ ਸਰਪੰਚ ਨੇ ਇਸ ਤੋਂ ਵੀ ਇੱਕ ਕਦਮ ਅੱਗੇ ਵਧਦੇ ਹੋਏ ਸੁਸ਼ੀਲਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਅਤੇ ਉਸ ਨੂੰ ਇੱਕ ਦਿਨ ਦੀ ਸਰਪੰਚ ਬਣਾਇਆ ਗਿਆ। ਕੈਮਰਾਮੈਨ ਰਜਿੰਦਰ ਦੇ ਨਾਲ ਮਹਿੰਦਰ ਸਿੰਘ, ਜ਼ੀ ਮੀਡੀਆ, ਹਿਸਾਰ। ਪੰਜਾਬ ਵਿੱਚ ਵੀ 70ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ। ਮੋਹਾਲੀ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਅੰਮ੍ਰਿਤਸਰ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਝੰਡਾ ਫਹਿਰਾਇਆ ਅਤੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ। ਇਸ ਵਾਰ ਮੋਹਾਲੀ ਦੇ ਫੇਸ 6 ਦਾ ਸਰਕਾਰੀ ਕਾਲਜ 70ਵੇਂ ਆਜ਼ਾਦੀ ਦਿਹਾੜੇ ਦਾ ਗਵਾਹ ਬਣਿਆ, ਜਿੱਥੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਿਰੰਗਾ ਫਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ, ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਸੂਬੇ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨ ਸ਼ਾਨਦਾਰ ਹੌਸਲਾ ਦਿਖਾਇਆ ਹੈ। ਸੀਐਮ ਨੇ ਮੋਹਾਲੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ, ਤਾਂ ਉੱਥੇ ਐਸਪੀ ਰਾਜਿੰਦਰ ਸੋਹਲ ਅਤੇ ਆਸ਼ੀਸ਼ ਕਪੂਰ ਸਣੇ ਹੋਰ ਪੁਲਿਸ ਅਫਸਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਪਿਛਲੇ 9 ਸਾਲ ਦੇ ਕੰਮਾਂ ਦਾ ਬਖਾਨ ਕੀਤਾ, ਭਵਿੱਖ ਦੀਆਂ ਯੋਜਨਾਵਾਂ ਨਾਲ ਸੂਬੇ ਦੀ ਆਵਾਮ ਨੂੰ ਜਾਣੂ ਕਰਵਾਇਆ। ਨਾਲ ਹੀ ਇਸ ਮੌਕੇ ਉੱਤੇ ਸੀਐਮ ਨੇ 8 ਟ੍ਰਾਈ ਸਾਈਕਲ ਅਤੇ 10 ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ। ਰਵਿੰਦਰ ਸਿੰਘ, ਜ਼ੀ ਮੀਡੀਆ, ਮੋਹਾਲੀ। ਉਧਰ ਅਟਾਰੀ ਵਾਹਗਾ ਬਾਰਡਰ 'ਤੇ ਵੀ ਦੇਸ਼ ਦਾ 70ਵਾਂ ਆਜ਼ਾਦੀ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਵੱਡੀ ਤਾਦਾਦ ਵਿੱਚ ਆਮ ਲੋਕ ਵੀ ਸਰਹੱਦ 'ਤੇ ਆਜ਼ਾਦੀ ਦਿਹਾੜਾ ਮਨਾਉਣ ਲਈ ਪਹੁੰਚੇ। ਸਰਹੱਦ 'ਤੇ ਸੀਜ਼ ਫਾਇਰ ਅਤੇ ਜੰਮੂ ਕਸ਼ਮੀਰ 'ਚ ਤਣਾਅ ਦੇ ਵਿਚਾਲੇ ਭਾਰਤੀ ਫੌਜ ਨੇ ਪਾਕ ਰੇਂਜਰਸ ਨੂੰ ਮਠਿਆਈ ਵੰਡੀ ਅਤੇ ਦੋਨਾਂ ਮੁਲਕਾਂ ਦੇ ਵਿਚਾਲੇ ਸ਼ਾਂਤੀ ਅਤੇ ਅਮਨ ਦੀ ਕਾਮਨਾ ਵੀ ਕੀਤੀ। ਮੌਕਾ ਸੀ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਦਾ। 70ਵੇਂ ਆਜ਼ਾਦੀ ਦਿਹਾੜੇ ਦੇ ਖਾਸ ਮੌਕੇ ਉੱਤੇ ਅਟਾਰੀ ਵਾਹਗਾ ਸਰਹੱਦ 'ਤੇ BSF ਦੇ ਜਵਾਨਾਂ ਅਤੇ ਪਾਕਿਸਤਾਨ ਰੇਂਜਰਸ ਨੇ ਆਪਸ ਦੇ ਵਿੱਚ ਮਠਿਆਈਆਂ ਵੰਡੀਆਂ ਅਤੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ। ਇਸ ਤੋਂ ਪਹਿਲਾਂ 14 ਅਗਸਤ ਨੂੰ ਵੀ ਕੁਝ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਸਨ। 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ, ਪਰ ਇੱਕ ਪਾਸੇ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਅਤੇ ਦੂਜੇ ਪਾਸੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ। ਜੰਮੂ ਕਸ਼ਮੀਰ ਦੇ ਨੋਹਾਟਾ ਇਲਾਕੇ 'ਚ ਦਹਿਸ਼ਤਗਰਦਾਂ ਨੇ ਸੁਰੱਖਿਆ ਦਸਤਿਆਂ ਨੂੰ ਇੱਕ ਵਾਰ ਫਿਰ ਤੋਂ ਆਪਣਾ ਨਿਸ਼ਾਨਾ ਬਣਾਇਆ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ 11 ਜਵਾਨ ਜ਼ਖਮੀ ਹੋ ਗਏ। ਜਵਾਬੀ ਫਾਇਰਿੰਗ ਵਿੱਚ ਜਵਾਨਾਂ ਨੇ 2 ਦਹਿਸ਼ਤਗਰਦਾਂ ਨੂੰ ਵੀ ਮਾਰ ਟਿਕਾਇਆ। ਵੈਸੇ ਤੁਹਾਨੂੰ ਦੱਸ ਦਈਏ ਕਿ ਭਾਰਤ ਪਾਕਿਸਤਾਨ ਦੀ ਫੌਜ ਦੇ ਵਿਚਾਲੇ ਆਪਸੀ ਭਾਈਚਾਰਾ ਬਣਾਏ ਰੱਖਣ ਦੇ ਲਈ ਵੰਡ ਦੇ ਸਮੇਂ ਤੋਂ ਬਾਅਦ ਤੋਂ ਹੀ ਇਹ ਰਵਾਇਤ ਚੱਲੀ ਆ ਰਹੀ ਹੈ। ਦੋਨਾਂ ਦੇਸ਼ਾਂ ਦੀ ਤਲਖੀਆਂ ਦੇ ਬਾਵਜੂਦ ਫੌਜ ਤਿਉਹਾਰਾਂ ਦੇ ਮੌਕੇ ਉੱਤੇ ਇੱਕ ਦੂਜੇ ਨੂੰ ਮਿਠਾਈਆਂ ਅਤੇ ਮੁਬਾਰਕਬਾਦ ਦਿੰਦੇ ਨੇ। ਅੰਮ੍ਰਿਤਸਰ ਤੋਂ ਨੇਹਾ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਅਟਾਰੀ ਵਾਹਗਾ ਸਰਹੱਦ 'ਤੇ ਰਿਟਰੀਟ ਸੈਰੇਮਨੀ ਦੇਖਣ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਰੇਂਜਰਸ ਦੇ ਜੋਸ਼ ਨੂੰ ਵੇਖਦੇ ਹੋਏ ਚਾਰੇ ਪਾਸੇ ਸਿਰਫ ਭਾਰਤ ਮਾਤਾ ਕੀ ਜੈ ਦੀ ਹੀ ਗੂੰਜ ਸੁਣਾਈ ਦਿੱਤੀ ਹੈ। ਪੂਰੇ ਮੁਲਕ ਵਿੱਚ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਪਰ ਬਹੁਤ ਸਾਰੇ ਲੋਕ ਇਸ ਖਾਸ ਦਿਨ ਨੂੰ ਮਨਾਉਣ ਲਈ ਅਤੇ ਆਜ਼ਾਦੀ ਦੇ ਅਸਲੀ ਰੰਗ ਵੇਖਣ ਲਈ ਪਹੁੰਚੇ ਸਨ ਅਟਾਰੀ ਵਾਹਗਾ ਸਰਹੱਦ। ਲੋਕਾਂ ਵਿੱਚ ਜਨੂੰਨ ਸੀ, ਭਾਰਤੀ ਜਵਾਨਾਂ ਦਾ ਜੋਸ਼ ਵੇਖ ਹਰ ਕਿਸੇ 'ਚ ਦੇਸ਼ ਭਗਤੀ ਦਾ ਅਹਿਸਾਸ ਛਾਲਾ ਮਾਰ ਰਿਹਾ ਸੀ। ਭਾਰਤ ਮਾਤਾ ਕੀ ਜੈ ਦੇ ਨਾਰੇ ਹੀ ਹਰ ਪਾਸੇ ਗੂੰਜ ਰਹੇ ਸਨ। ਫਿਰ ਸ਼ੁਰੂ ਹੋਈ ਰਿਟਰੀਟ ਸੈਰੇਮਨੀ। ਉਂਝ ਤਾਂ ਰਿਟਰੀਟ ਸੈਰੇਮਨੀ ਰੋਜ਼ਾਨਾ ਹੀ ਹੁੰਦੀ ਹੈ, ਜਿਸ ਨੂੰ ਵੇਖ ਕੇ ਲੋਕਾਂ ਵਿੱਚ ਵੀ ਜੋਸ਼ ਭਰ ਜਾਂਦਾ ਹੈ। ਪਰ ਅੱਜ ਆਜ਼ਾਦੀ ਦਿਹਾੜਾ ਹੋਣ ਕਰਕੇ ਅੱਜ ਦਾ ਮੌਕਾ ਬੇਹੱਦ ਖਾਸ ਸੀ। ਜਦੋਂ ਭਾਰਤ ਅਤੇ ਪਾਕਿਸਤਾਨ ਦੇ ਰੇਂਜਰਸ ਨੇ ਆਮੋ ਸਾਹਮਣੇ ਆ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ, ਉਹ ਪਲ ਉੱਥੇ ਮੌਜੂਦ ਲੋਕਾਂ ਨੂੰ ਇੱਕ ਵੱਖਰਾ ਹੀ ਅਹਿਸਾਸ ਕਰਵਾ ਰਿਹਾ ਸੀ ਅਤੇ ਇਸੇ ਜੋਸ਼ ਅਤੇ ਦੇਸ਼ ਭਗਤੀ ਦੇ ਨਾਲ ਰਿਟਰੀਟ ਸੈਰੇਮਨੀ ਦਾ ਸਮਾਪਨ ਹੋ ਗਿਆ। ਨੇਹਾ ਸ਼ਰਮਾ, ਜ਼ੀ ਮੀਡੀਆ, ਅੰਮ੍ਰਿਤਸਰ। ਫਾਜ਼ਿਲਕਾ ਦੇ ਵਿੱਚ ਸਾਦਕੀ ਬਾਰਡਰ ਦੇ ਉੱਪਰ ਵੀ ਦੇਸ਼ ਦੀ ਆਜ਼ਾਦੀ ਦਾ ਜਸ਼ਨ ਦੇਖਣ ਨੂੰ ਮਿਲਿਆ। ਸਰਹੱਦ ਦੇ ਪਹਿਰੇਦਾਰਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡ ਕੇ ਆਜ਼ਾਦੀ ਦਾ ਜਸ਼ਨ ਮਨਾਇਆ, ਨਾਲ ਹੀ ਗੁਆਂਢੀ ਮੁਲਕ ਦੇ ਜਵਾਨਾਂ ਨੂੰ ਵੀ ਆਪਣੀ ਖੁਸ਼ੀ ਵਿੱਚ ਸ਼ਾਮਲ ਕੀਤਾ। ਇਹ ਤਸਵੀਰਾਂ ਭਾਰਤ ਅਤੇ ਪਾਕਿਸਤਾਨ ਸਰਹੱਦੀਆਂ ਨੇ, ਜਿੱਥੇ ਦੇਸ਼ ਭਰ ਦੇ ਨਾਲ ਨਾਲ ਬਾਰਡਰ 'ਤੇ ਵੀ ਭਾਰਤ ਦੇ ਜਵਾਨ ਆਜ਼ਾਦੀ ਦਿਹਾੜੇ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਸਰਹੱਦ ਦੇ ਇਹਨਾਂ ਪਹਿਰੇਦਾਰਾਂ ਨੇ ਇੱਕ ਦੂਜੇ ਨੂੰ ਮਿਠਾਈ ਵੰਡੀ। ਸਰਹੱਦ 'ਤੇ ਚੱਲ ਰਹੇ ਤਣਾਅ ਦੇ ਬਾਵਜੂਦ ਇੱਕ ਕਦਮ ਅੱਗੇ ਵੱਧਦੇ ਹੋਏ ਭਾਰਤੀ ਜਵਾਨਾਂ ਨੇ ਆਪਣੀ ਇਸ ਖੁਸ਼ੀ ਵਿੱਚ ਪਾਕਿਸਤਾਨ ਦੇ ਰੇਂਜਰਸ ਨੂੰ ਵੀ ਸ਼ਾਮਲ ਕੀਤਾ, ਉਹਨਾਂ ਦਾ ਵੀ ਮੂੰਹ ਮਿੱਠਾ ਕਰਵਾਇਆ। ਜੋ ਹਮਾਰੇ ਪਾਕਿਸਤਾਨੀ ਰੇਂਜਰਸ ਕੇ ਸਾਥੀ ਹੈ, ਉਨਸੇ ਬਾਤ ਕੀ, ਉਨ੍ਹੇ ਮਿਠਾਈਆਂ ਦੀ। ਹਮਾਰੀ ਹਮੇਸ਼ਾ ਕੋਸ਼ਿਸ਼ ਹੋਤੀ ਹੈ ਕਿ ਸ਼ਾਂਤੀ ਹੋ ਸੀਮਾ ਪਰ। ਭਾਵੇਂ ਹੀ ਇਸ ਮੌਕੇ ਉੱਤੇ ਦੋਨਾਂ ਦੇਸ਼ਾਂ ਦੀ ਫੌਜ ਦੇ ਜਵਾਨ ਖੁਸ਼ ਨਜ਼ਰ ਆਏ, ਪਰ BSF ਕਮਾਂਡੈਂਟ MP ਸਿੰਘ ਨੇ ਜਿੱਥੇ ਦੋਨਾਂ ਮੁਲਕਾਂ ਦੇ ਵਿਚਾਲੇ ਸ਼ਾਂਤੀ ਅਮਨ ਦੀ ਉਮੀਦ ਜਿਤਾਈ ਤਾਂ ਉੱਥੇ ਇਹ ਵੀ ਸਾਫ਼ ਕਰ ਦਿੱਤਾ ਕਿ ਸਰਹੱਦ 'ਤੇ ਸੀਜ਼ ਫਾਇਰ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਮ ਹਮੇਸ਼ਾ ਹੱਥ ਮਿਲਾਤੇ ਰਹਤੇ ਹੈ, ਇੱਕ ਨਾ ਇੱਕ ਦਿਨ ਦਿਲ ਵੀ ਮਿਲੇਗਾ ਔਰ ਇੱਕ ਦਿਨ ਐਸਾ ਅਵਸ਼ਯ ਆਏਗਾ ਕਿ ਜੋ ਕਸ਼ਮੀਰ ਪਾਕਿਸਤਾਨ ਕੇ ਕਬਜ਼ੇ ਮੇਂ ਹੈ ਉਹ ਹਮੇ ਵਾਪਸ ਮਿਲੇਗਾ ਔਰ ਹਮਾਰਾ ਦੇਸ਼ ਪੂਰਨ ਰੂਪ ਸੇ ਸਵਤੰਤਰ। BSF ਅਫਸਰ ਨੇ ਇਹ ਵੀ ਕਿਹਾ ਕਿ ਅੱਜ ਭਾਰਤ ਦੀ ਆਜ਼ਾਦੀ ਅਧੂਰੀ ਹੈ ਅਤੇ ਉਸ ਵੇਲੇ ਹੀ ਪੂਰੀ ਹੋਵੇਗੀ ਜਦੋਂ ਪੂਰਾ ਕਸ਼ਮੀਰ ਭਾਰਤ ਦਾ ਹਿੱਸਾ ਹੋਏਗਾ। ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ।
ਜਦੋਂ ਭਾਰਤ ਦੇ ਸਿਆਸਤਦਾਨ ਅਤੇ ਬਾਲੀਵੁੱਡ ਕਲਾਕਾਰ ਵੀ ਪਾਕਿਸਤਾਨ ਨੂੰ ਅਮਨ ਦੇ ਰਸਤੇ ਦੇ ਚੱਲਣ ਦੀ ਨਸੀਹਤ ਦੇ ਰਹੇ ਨੇ। ਇੱਕ ਕੈਂਡਲ ਮਾਰਚ ਦੇ ਜ਼ਰੀਏ ਸਰਹੱਦ ਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮਾਜਿਕ ਜਥੇਬੰਦੀ, ਬਾਲੀਵੁੱਡ ਕਲਾਕਾਰ ਅਤੇ ਸਿਆਸੀ ਆਗੂ ਅਟਾਰੀ ਬਾਰਡਰ ਉੱਤੇ ਇਕੱਠੇ ਨਜ਼ਰ ਆਏ। ਇੱਥੇ 70ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੈਂਡਲ ਪੀਸ ਮਾਰਚ ਕੱਢਿਆ ਗਿਆ, ਜਿਸ ਵਿੱਚ ਨੈਸ਼ਨਲ ਐਸਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਜਕੁਮਾਰ ਵੀਰਕਾ, ਅਦਾਕਾਰ ਮਨੂ ਜੋਸ਼ੀ ਸਣੇ ਕਈ ਲੋਕ ਸ਼ਾਮਲ ਹੋਏ। ਇਸ ਮੌਕੇ ਉੱਤੇ ਰਾਜਕੁਮਾਰ ਵੀਰਕਾ ਨੇ ਪਾਕਿਸਤਾਨ ਨੂੰ ਆਪਣੀਆਂ ਕਾਰਗੁਜ਼ਾਰੀਆਂ ਤੋਂ ਬਾਜ਼ ਆ ਕੇ ਅਮਨ ਦੇ ਰਾਹ ਉੱਤੇ ਚੱਲਣ ਦੀ ਨਸੀਹਤ ਦਿੱਤੀ। ਮੈਂ ਚਾਹਤਾ ਹੂੰ ਕਿ ਵਹਾਂ ਕੀ ਗੌਰਮੈਂਟ ਜੋ ISI ਕੇ ਇਸ਼ਾਰੇ ਪੇ ਸਾਜਿਸ਼ੇ ਕਰ ਰਹੀ ਹੈ, ਵਹਾਂ ਜੋ ਟ੍ਰੇਨਿੰਗ ਕੈਂਪ ਹੈ ਵੋ ਖਤਮ ਕਰੇ, ਆਪਣਾ ਮਨ ਸਾਫ ਕਰੇ, ਤਾਂ ਕਿ ਦੇਸ਼ ਕੇ ਲੋਕ ਆਪਸ ਮੇਂ ਮਿਲ ਸਕੇ। ਯਹੀ ਉਮੀਦ ਕੇ ਸਾਥ ਹਰ ਸਾਲ ਹਮ ਪੈਗਾਮ ਲੇਕਰ ਕੇ ਆਤੇ ਹੈਂ। ਉਮੀਦ ਕਰਤੇ ਹੈ ਕਿ ਯਹ 70 ਸਾਲ ਕਾ ਅਬ ਬਜ਼ੁਰਗ ਹੋ ਗਿਆ ਹੈ ਦੋਨੋਂ ਦੇਸ਼ੋਂ ਕਾ ਬੀਚ ਮੇਂ, ਆਪ ਬਜ਼ੁਰਗੋਂ ਕੀ ਬਾਤ ਮਾਨੀਏ, ਦੋਨੋਂ ਅਮਨ ਕਾ ਪੈਗਾਮ ਲਾਈਏ ਔਰ ਜੋ ਅੰਦਰ ਕੀ ਸ਼ਰਾਰਤਬਾਜ਼ੀ ਹੈ ਵੋ ਖਤਮ ਕਰੇ। ਉੱਥੇ ਅਦਾਕਾਰ ਮਨੂ ਜੋਸ਼ੀ ਨੇ ਪਾਕਿਸਤਾਨ ਨੂੰ ਦਹਿਸ਼ਤਵਾਦੀ ਸੋਚ ਨੂੰ ਤਿਆਗਣ ਦੀ ਨਸੀਹਤ ਦਿੱਤੀ। ਉਹਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਜੇਕਰ ਆਪਣੀ ਨਕਾਰਾਤਮਕ ਸੋਚ ਨਹੀਂ ਬਦਲਿਆ ਤਾਂ ਉਸਦੇ ਲਈ ਘਾਤਕ ਸਿੱਧ ਹੋਏਗਾ। ਪਾਕਿਸਤਾਨ ਆਪਣੇ ਨਾਪਾਕ ਮਨਸੂਬੇ ਸੇ ਬਾਜ਼ ਆਏ ਔਰ ਆਪਣੇ ਜੋ POK ਮੇਂ ਜੋ ਕੁਛ ਵੀ ਹੋ ਰਿਹਾ ਹੈ, ਅੱਜ POK ਵੀ ਉਨਕੇ ਖਿਲਾਫ ਉੱਠ ਕੇ ਆਵਾਜ਼ ਕਰ ਰਿਹਾ ਹੈ। ਪ੍ਰਾਣਘਾਤਕ ਹਮਲੇ ਹੋਏ, ਯੁੱਧ ਹੀ ਹੈ, ਉਹ ਪ੍ਰੋਕਸੀ ਵਾਰ ਹੀ ਹੈ, ਇਹ ਕਬ ਤੱਕ ਕਰੇਗਾ। ਸੁਨੇਹਾ ਸਾਫ ਹੈ ਕਿ ਅਮਨ ਦੇ ਰਾਹ ਉੱਤੇ ਚੱਲਣ ਨਾਲ ਹੀ ਦੋਨਾਂ ਮੁਲਕਾਂ ਨੂੰ ਲਹਾਈ ਅਤੇ ਦਹਿਸ਼ਤਵਾਦ ਦੇ ਖਿਲਾਫ ਇਕਜੁੱਟ ਹੋ ਕੇ ਅਮਨ ਬਹਾਲੀ ਦੀਆਂ ਕੋਸ਼ਿਸ਼ਾਂ ਤੇਜ਼ ਹੋਣੀਆਂ ਚਾਹੀਦੀਆਂ ਨੇ। ਰਾਜਨ ਗੁਸਾਈ, ਜ਼ੀ ਮੀਡੀਆ, ਅੰਮ੍ਰਿਤਸਰ। ਮੁਲਕ ਦਾ ਤਿਰੰਗਾ ਹਰ ਹਿੰਦੁਸਤਾਨੀ ਦਾ ਮਾਣ। ਇਸ ਤਿਰੰਗੇ ਨੂੰ ਆਪਣੇ ਅੰਤਿਮ ਰੂਪ 'ਚ ਆਉਣ ਦੇ ਲਈ ਕਈ ਸੰਘਰਸ਼ਾਂ ਤੋਂ ਹੋ ਕੇ ਲੰਘਣਾ ਪਿਆ। ਤਿਰੰਗੇ ਦਾ ਰੂਪ ਕਈ ਵਾਰ ਬਦਲਿਆ ਅਤੇ ਫਿਰ ਸਾਨੂੰ ਮਿਲਿਆ ਸਾਡੇ ਦੇਸ਼ ਦੀ ਸ਼ਾਨ ਕਹਿਲਾਉਣ ਵਾਲਾ ਸਾਡਾ ਤਿਰੰਗਾ। ਇਸ ਰਿਪੋਰਟ 'ਚ ਦੇਖੋ ਤਿਰੰਗੇ ਦਾ ਇਤਿਹਾਸ। ਦੇਸ਼ ਦੀ ਆਨ ਬਾਨ ਅਤੇ ਸ਼ਾਨ, ਭਾਰਤ ਦਾ ਝੰਡਾ ਅੰਤਿਮ ਮਨਜ਼ੂਰੀ ਤੋਂ ਪਹਿਲਾਂ ਕਈ ਬਦਲਾਵਾਂ ਤੋਂ ਲੰਘਿਆ। ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੇ ਲਈ ਕੌਮੀ ਸੰਘਰਸ਼ ਦੇ ਦੌਰਾਨ ਦੇਸ਼ ਨੂੰ ਵੱਖ ਪਹਿਚਾਣ ਦੇ ਲਈ ਕੌਮੀ ਝੰਡੇ ਦੇ ਅਵਿਸ਼ਕਾਰ ਅਤੇ ਖੋਜ ਅਭਿਆਨ ਦੀ ਸ਼ੁਰੂਆਤ ਹੋਈ। ਇਸ ਝੰਡੇ ਵਿੱਚ 3 ਰੰਗ, ਲਾਲ, ਪੀਲਾ ਅਤੇ ਹਰੇ ਸਨ। 3 ਪੱਟੀਆਂ ਦਾ ਇਸਤੇਮਾਲ ਕੀਤਾ ਗਿਆ ਸੀ। 1907 ਵਿੱਚ ਭਾਰਤ ਦੇ ਕੌਮੀ ਝੰਡੇ ਦੇ ਵਿੱਚ ਬਦਲਾ ਹੋਇਆ। ਇਸ ਵਿੱਚ ਸਭ ਤੋਂ ਉੱਤੇ ਦੀ ਪੱਟੀ ਉੱਤੇ ਨਾਰੰਗੀ ਰੰਗ ਸੀ, ਜਿਸ ਵਿੱਚ ਇੱਕ ਕਮਲ ਅਤੇ 7 ਸਿਤਾਰੇ ਬਣੇ ਹੋਏ ਸਨ। ਝੰਡੇ ਦੇ ਮੱਧ ਵਿੱਚ ਪੀਲੇ ਰੰਗ ਦੀ ਪੱਟੀ 'ਚ ਹਿੰਦੀ 'ਚ ਵੰਦੇ ਮਾਤਰਮ ਲਿਖਿਆ ਸੀ ਅਤੇ ਸਭ ਤੋਂ ਹੇਠਾਂ ਦੇ ਹਰੇ ਰੰਗ ਦੀ ਪੱਟੀ ਦੇ ਵਿੱਚ ਖੱਬੇ ਪਾਸੇ ਸੂਰਜ ਅਤੇ ਸੱਜੇ ਪਾਸੇ ਅਰਧ ਚੰਦਰਮਾ ਅਤੇ ਸਿਤਾਰੇ ਬਣੇ ਹੋਏ ਸਨ। ਤੀਜੀ ਵਾਰ 1917 ਵਿੱਚ ਭਾਰਤ ਦੇ ਝੰਡੇ 'ਚ 5 ਲਾਲ ਅਤੇ 4 ਹਰੀਆਂ ਪੱਟੀਆਂ ਨੂੰ ਡਿਜ਼ਾਈਨ ਕੀਤਾ ਗਿਆ। ਸਾਲ 1921 ਦੇ ਵਿੱਚ ਭਾਰਤ ਦੇ ਕੌਮੀ ਧਵਜ ਦੇ ਵਿੱਚ ਮੁੜ ਤੋਂ ਬਦਲਾ ਹੋਇਆ। 1921 ਵਿੱਚ ਲਾਲ ਅਤੇ ਹਰੀ ਰੰਗ ਦੀਆਂ 2 ਪੱਟੀਆਂ ਵਾਲਾ ਝੰਡਾ ਤਿਆਰ ਕੀਤਾ ਗਿਆ। ਇਸ ਦੇ ਵਿਚਾਲੇ ਇੱਕ ਚਿੱਟੀ ਪੱਟੀ ਅਤੇ ਇੱਕ ਨੀਲੇ ਪਹੀਏ ਨੂੰ ਲਗਾਇਆ ਗਿਆ। 1931 ਵਿੱਚ ਕੌਮੀ ਝੰਡੇ ਵਿੱਚ ਫਿਰ ਤੋਂ ਬਦਲਾ ਹੋਇਆ। ਇਸ ਕੌਮੀ ਝੰਡੇ ਵਿੱਚ ਸਭ ਤੋਂ ਉੱਤੇ ਨਾਰੰਗੀ, ਵਿਚਾਲੇ ਚਿੱਟਾ ਅਤੇ ਸਭ ਤੋਂ ਹੇਠਾਂ ਹਰਾ ਰੰਗ ਸੀ। ਵਿਚਾਲੇ ਦੀ ਸਫੇਦ ਪੱਟੀ ਦੇ ਮੱਧ ਵਿੱਚ ਇੱਕ ਘੁੰਮਦਾ ਹੋਇਆ ਪਹੀਆ ਬਣਾਇਆ ਹੋਇਆ ਸੀ। 1947 ਵਿੱਚ ਭਾਰਤ ਦੇ ਕੌਮੀ ਝੰਡੇ ਦੇ ਵਿੱਚ ਫਿਰ ਬਦਲਾ ਹੋਇਆ। ਕੌਮੀ ਝੰਡੇ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਰਾਜਾ ਅਸ਼ੋਕ ਦੇ ਧਰਮ ਚੱਕਰ ਨੂੰ ਘੁੰਮਣ ਵਾਲੇ ਪਹੀਏ ਦੇ ਨਾਲ ਬਦਲਿਆ ਗਿਆ। ਇਹੀ ਝੰਡਾ ਆਖਰ ਆਜ਼ਾਦ ਭਾਰਤ ਦਾ ਕੌਮੀ ਝੰਡਾ ਬਣਿਆ। ਬਿਊਰੋ ਰਿਪੋਰਟ, ਜ਼ੀ ਮੀਡੀਆ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਹਮੇਸ਼ਾ ਹੀ ਜਨ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਅਤੇ ਸਾਡੇ ਵੀਕਲੀ ਮਿਸ਼ਨ ਵਿੱਚ ਅਸੀਂ ਹਰ ਉਸ ਵਿਸ਼ੇ ਨੂੰ ਨਾ ਸਿਰਫ ਚੁੱਕਿਆ ਸਗੋਂ ਅੰਜਾਮ ਤੱਕ ਵੀ ਪਹੁੰਚਾਇਆ ਜੋ ਜਨਤਾ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਨੇ। ਉਹ ਭਾਵੇਂ ਸਿਹਤ ਵਿਵਸਥਾ ਹੋਵੇ, ਸਿੱਖਿਆ ਹੋਵੇ ਜਾਂ ਸੜਕਾਂ ਦੀ ਸੂਰਤ ਹਾਲ। ਇਹ 8 ਤਸਵੀਰਾਂ ਦੇ ਜ਼ਰੀਏ ਇਹਨਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਮਿਸ਼ਨ ਮੰਡੀ ਤਹਿਤ ਅਸੀਂ ਮੰਡੀਆਂ ਦੇ ਸੂਰਤ ਹਾਲ ਨੂੰ ਨਾ ਸਿਰਫ ਬਿਆਨ ਕੀਤਾ ਸਗੋਂ ਕਿਸਾਨਾਂ ਦੀ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਦਿਖਾਇਆ। ਫਿਰ ਗੱਲ ਸਿਹਤ ਸਹੂਲਤਾਂ ਦੀ ਆਈ ਤਾਂ ਸੂਬੇ ਅੰਦਰ ਸੂਬਾ ਸਰਕਾਰ ਦੇ ਢੁਕਵੀਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਦੀ ਜ਼ਮੀਨੀ ਹਕੀਕਤ ਤੋਂ ਵੀ ਅਸੀਂ ਰੂਬਰੂ ਕਰਾਇਆ ਅਤੇ ਨਾਲ ਹੀ ਸਾਫ਼ ਪੀਣ ਦੇ ਪਾਣੀ ਦੀ ਤਰਸ ਦੇ ਲੋਕਾਂ ਦੀ ਤਸਵੀਰ ਵੀ ਅਸੀਂ ਦਿਖਾਈ ਅਤੇ ਉਸ ਖ਼ਬਰ ਨੂੰ ਨਾ ਸਿਰਫ ਪ੍ਰਮੁੱਖਤਾ ਨਾਲ ਦਿਖਾਇਆ ਸਗੋਂ ਉਸ ਦਾ ਹੱਲ ਵੀ ਕੱਢਿਆ।
ਫਿਰ ਗੱਲ ਸੀਵਰੇਜ ਪ੍ਰਬੰਧਾਂ ਦੀ ਆਈ ਤਾਂ ਉੱਥੇ ਵੀ ਅਸੀਂ ਦਾਅਵਿਆਂ ਦੀ ਪੋਲ ਖੋਲ੍ਹੀ ਅਤੇ ਇਹਨਾਂ ਨੂੰ ਠੀਕ ਕਰਨ 'ਤੇ ਪ੍ਰਸ਼ਾਸਨ ਨੂੰ ਮਜਬੂਰ ਕੀਤਾ। ਗੱਲ ਚੁਗਿਰਦੇ ਦੀ ਨਾਲ ਜੁੜੀ ਹੈ ਤਾਂ ਲੋਕਾਂ ਦੇ ਲਈ ਸਾਫ਼ ਸਫਾਈ ਦਾ ਮਸਲਾ ਚੁੱਕਣ ਦੇ ਨਾਲ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਖਬਰਾਂ ਵੀ ਵਾਰ ਵਾਰ ਨਸ਼ਰ ਕੀਤੀਆਂ। ਫਿਰ ਗੱਲ ਸਿੱਖਿਆ ਦੀ ਆਈ ਤਾਂ ਸਿੱਖਿਆ ਦੇ ਉਸ ਮਿਆਰ ਅਤੇ ਢਾਂਚੇ ਨੂੰ ਅਸੀਂ ਬਿਆਨ ਕੀਤਾ ਜਿਸ ਨੂੰ ਸਰਕਾਰਾਂ ਤੱਕ ਪਹੁੰਚਾ ਕੇ ਨਾ ਸਿਰਫ ਸਰਕਾਰਾਂ ਨੂੰ ਇਸ ਪਾਸੇ ਕਦਮ ਪੁੱਟਣ ਲਈ ਮਜਬੂਰ ਕੀਤਾ ਸਗੋਂ ਸਰਕਾਰੀ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਨਾਲ ਨਾਲ ਅਧਿਆਪਕਾਂ ਤੋਂ ਸੱਖਣੇ ਸਕੂਲਾਂ ਸਮੇਤ ਸਾਰੀਆਂ ਖਾਮੀਆਂ ਨੂੰ ਉਜਾਗਰ ਕੀਤਾ। ਗੱਲ ਟ੍ਰੈਫਿਕ ਸਮੱਸਿਆ ਦੀ ਆਈ ਤਾਂ ਇੱਥੇ ਵੀ ਸ਼ਹਿਰਾਂ 'ਚ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਬਾਰੇ ਅਤੇ ਇਸ ਨਾਲ ਆਮ ਲੋਕਾਂ ਨੂੰ ਪੈਦਾ ਹੋਣ ਵਾਲੀ ਪਰੇਸ਼ਾਨੀ ਨੂੰ ਦਿਖਾਇਆ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋਣ ਕਰਕੇ ਹੋਣ ਵਾਲੇ ਹਾਦਸਿਆਂ ਬਾਰੇ ਵੀ ਅਸੀਂ ਜਾਗਰੂਕ ਕੀਤਾ ਅਤੇ ਨਾਲ ਹੀ ਗੱਲ ਟੁੱਟੀਆਂ ਸੜਕਾਂ ਦੀ ਆਈ ਤਾਂ ਟੁੱਟੀਆਂ ਸੜਕਾਂ ਬਦਹਾਲ ਸੜਕਾਂ ਜਿਹੜੀਆਂ ਨਿੱਤ ਦਿਨ ਹਾਦਸੇ ਦੀ ਵਜ੍ਹਾ ਬਣਦੇ ਨੇ ਉਹ ਮਸਲਾ ਵੀ ਚੁੱਕਿਆ ਅਤੇ ਖਬਰ ਨਸ਼ਰ ਹੋਣ ਤੋਂ ਬਾਅਦ ਇਸ ਦਾ ਅਸਰ ਵੀ ਵੱਡੇ ਪੱਧਰ 'ਤੇ ਹੋਇਆ। ਅਤੇ ਤੁਸੀਂ ਦੇਖੋ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਇਸ ਵੇਲੇ ਦਾ ਮੌਸਮ ਅਤੇ ਮੈਨੂੰ ਇਜਾਜ਼ਤ ਦਿਓ। ਧੰਨਵਾਦ।